ਐਨਈਜ ਸਕੂਲ ਖਰੜ ਚ 2 ਦਿਨਾਂ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪਹਿਲੇ ਦਿਨ ਪ੍ਰੀ ਪ੍ਰਾਇਮਰੀ ਵਿੰਗ, ਦੂਜੇ ਦਿਨ ਪ੍ਰਾਇਮਰੀ ਅਤੇ ਯੂਨੀਅਰ ਤੇ ਸੀਨੀਅਰ ਵਿੰਗ ਦੇ ਬੱਚਿਆਂ ਦੇ ਪ੍ਰੋਗਰਾਮ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਤੇ ਸਰਸਵਤੀ ਵੰਦਨਾ ਨਾਲ ਹੋਈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਕੂਲ ਦੇ ਡਾਇਰੈਕਟਰ ਅਨਿਤ ਗੋਇਲ, ਵਿਸ਼ੇਸ਼ ਮਹਿਮਾਨ ਮੈਡਮ ਸਫਲਾ ਗੋਇਲ ਅਤੇ ਸਕੂਲ ਪ੍ਰਿੰਸੀਪਲ ਐਸ ਕੇ ਕਾਲਾ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ। ਪ੍ਰੀ ਨਰਸਰੀ ਤੋਂ 12ਵੀਂ ਤੱਕ ਦੇ ਬੱਚਿਆਂ ਵੱਲੋਂ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਬੋਲਦਿਆਂ ਡਾਇਰੈਕਟਰ ਅਨਿਤ ਗੋਇਲ ਨੇ ਆਖਿਆ ਕਿ ਮਾਪਿਆਂ ਨੂੰ ਬੱਚਿਆਂ ਤੇ ਕੋਈ ਵੀ ਸਟ੍ਰੀਮ ਜਾਂ ਖੇਤਰ ਥੋਪਣਾ ਨਹੀਂ ਚਾਹੀਦਾ। ਹਰ ਬੱਚਾ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦਾ। ਸਰ, ਅੱਜ ਹਮਨੇ ਗਣੇਸ਼ ਵੰਦਨਾ ਪਾਰਟੀਸਿਪੇਟ ਕੀ ਹੈ, ਹਮੇ ਹਮਾਰਾ ਇਤਨਾ ਅੱਛਾ ਹੁਆ ਕਿ ਸਬਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਆ ਹਮ ਲੋਗੋ ਕੋ, ਔਰ ਹਮਾਰਾ ਕੌਨਫੀਡੈਂਸ ਵੀ ਬਹੁਤ ਬੜਾ ਉਸਕੀ ਵਜ੍ਹਾ ਸੇ। ਉਸਕੀ ਸ਼ੁਰੂਆਤ ਹੋਈ ਥੀ, ਪਹਿਲਾ ਫੰਕਸ਼ਨ ਪ੍ਰੀ ਪ੍ਰਾਇਮਰੀ ਕਲਾਸਿਸ ਕਾ ਥਾ। ਅੱਜ ਪਹਿਲੀ ਸ਼ਿਫਟ ਮੇ ਪ੍ਰਾਇਮਰੀ ਸੈਕਸ਼ਨ ਕਰ ਰਹਾ ਹੂੰ, ਔਰ ਅਭੀ ਸਮਾਪਨ ਪਰ ਜੋ ਹੈ ਸੀਨੀਅਰ ਸਕੂਲ ਸੀਨੀਅਰ ਬੱਚੋਂ ਕਾ ਜੋ ਪ੍ਰੋਗਰਾਮ ਹੈ ਵੋ ਚੱਲ ਰਹਾ ਹੈ। ਆਜ ਕੀ ਤਾਰੀਖ ਮੇ ਹਮਾਰਾ ਜੋ ਮੁਖਯ ਉਦੇਸ਼ ਹੈ ਵੋ ਯੇ ਹੈ ਕਿ ਸਿਕਸ਼ਾ ਕੇ ਸਾਥ ਸਾਥ ਬੱਚੇ ਅਨਿਯ ਕ੍ਰਿਆਕਲਾਪੋ ਮੇ ਵੀ ਆਗੇ ਰਹੇ, ਜਿਨਕੋ ਹਮ ਕੋ ਕਰਿਕੁਲਰ ਐਕਟੀਵਿਟੀ ਕਹਤੇ ਹੈ। ਤੋ ਇਸ ਪ੍ਰਕਾਰ ਕੇ ਜੋ ਕਾਰਜਕ੍ਰਮ ਸਕੂਲ ਮੇ ਹੋਤੇ ਹੈ, ਵਿਦਿਆਲਯ ਮੇ ਹੋਤੇ ਹੈ, ਉਸ ਬੱਚੋਂ ਕੋ ਸਿਕਸ਼ਾ ਕੇ ਸਾਥ ਸਾਥ ਸਮਾਜ ਮੇ ਆਪਣੇ ਕੋ ਕਿਸ ਤਰੀਕੇ ਸੇ ਪ੍ਰਸਤੁਤ ਕਰਨਾ ਹੈ, ਇੱਕ ਲੀਡਰਸ਼ਿਪ ਕੁਆਲਿਟੀ ਜਨਰੇਟ ਕਰਨਾ, ਵੋ ਉਨਮੇ ਆਤਮ ਵਿਸ਼ਵਾਸ ਪੈਦਾ ਕਰਨਾ, ਇਸਕੇ ਲਈ ਬਹੁਤ ਜ਼ਰੂਰੀ ਹੈ। ਖਰੜ ਤੋਂ ਡੇਵਿਡ ਵਰਮਾ, ਜੀਵੇ ਪੰਜਾਬ ਟੀਵੀ।